ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਤਫਾਕ ਹੀ ਕਿਹਾ ਜਾ ਸਕਦਾ ਹੈ ਕਿ ਅਕਾਲੀ ਭਾਜਪਾ ਸਰਕਾਰ ਦਾ ਇਹ ਆਖਰੀ ਬਜਟ ਸੈਸ਼ਨ ਹੈ। ਸਰਕਾਰ ਦਾ ਦਾਅਵਾ ਹੈ ਕਿ ਪਿਛਲੇ 9 ਸਾਲ ਦਰਮਿਆਨ ਪੰਜਾਬ ਨੇ ਹਰ ਖੇਤਰ 'ਚ ਬਹੁਤ ਵਿਕਾਸ ਕੀਤਾ ਹੈ, ਪਰ ਵਿਰੋਧੀ ਧਿਰ ਦਰਿਆਈ ਪਾਣੀਆਂ ਦੇ ਮੁੱਦੇ ਸਮੇਤ ਕਈ ਮੁੱਦਿਆਂ ਉੱਤੇ ਸਦਨ ਵਿੱਚ ਸਰਕਾਰ ਨੂੰ ਘੇਰਨ ਦੀ ਤਿਆਰੀ ਵਿੱਚ ਹੈ। ਪੰਜਾਬ ਦੇ ਵਿੱਚ ਪਹਿਲਾਂ ਤਾਂ ਗਵਰਨਰ ਐਡਰੈਸ ਹੋਣਾ ਹੈ ਅਤੇ ਅੱਜ ਸਭ ਤੋਂ ਜਿਹੜਾ ਬੜੀ ਵੱਡਾ ਭਾਰੀ ਮੁੱਦਾ ਹੈ ਉਹ ਹੈਗਾ ਐੱਸ ਵਾਈ ਐੱਲ ਨਹਿਰ ਦਾ। ਐੱਸ ਵਾਈ ਐੱਲ ਦੇ ਨਹਿਰ ਦੇ ਮੁੱਦੇ 'ਤੇ ਜਿਹੜਾ ਕੇਂਦਰ ਸਰਕਾਰ ਹੈ ਉਹਦੇ 'ਚ ਅਕਾਲੀ ਦਲ ਵੀ ਭਾਈਵਾਲ ਹੈ, ਉਹਨਾਂ ਨੇ ਇੱਕ ਐਫੀਡੈਵਿਟ ਦੇ ਦਿੱਤਾ ਸੁਪਰੀਮ ਕੋਰਟ ਦੇ ਵਿੱਚ ਕਿ ਐੱਸ ਵਾਈ ਐੱਲ ਹੈ ਜਿਹੜੀ ਉਹ ਨਿਕਲਣੀ ਚਾਹੀਦੀ ਹੈ। ਇਸ ਕਰਕੇ ਅਸੀਂ ਇਸ ਮੁੱਦੇ ਨੂੰ ਲੈ ਕੇ ਸਭ ਤੋਂ ਪਹਿਲਾਂ ਲੜਾਈ ਸ਼ੁਰੂ ਕਰ ਰਹੇ ਹਾਂ ਅਤੇ ਇਸ ਨੂੰ ਪੂਰਾ ਸਰਕਾਰ ਨੂੰ ਅਸੀਂ ਪ੍ਰੈਸ ਕਰਾਂਗੇ ਇਸ ਮੁੱਦੇ 'ਤੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮੁੱਦੇ ਹੈ ਜਿਵੇਂ ਨਸ਼ਿਆਂ ਦਾ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹੈ, ਐਸੀ ਐਟਰੋਸਿਟੀਜ਼ ਹੈ, ਉਹ ਸਾਰੇ ਮੁੱਦੇ ਅਸੀਂ ਵਿਧਾਨ ਸਭਾ ਦੇ ਵਿੱਚ ਉਠਾਵਾਂਗੇ। ਅਤੇ ਨਾਲ ਦੀ ਨਾਲ ਜਿਹੜਾ ਤੁਸੀਂ ਕਿਹਾ ਅੱਜ ਪੰਜਾਬ ਦੇ ਵਿੱਚ ਫਾਈਨੈਂਸ਼ੀਅਲ ਪੋਜੀਸ਼ਨ ਬਹੁਤ ਡਾਊਨ ਆ ਚੁੱਕੀ ਹੈ ਅਤੇ ਅਸੀਂ ਇੱਕ ਵਾਈਟ ਪੇਪਰ ਦੀ ਮੰਗ ਕਰ ਰਹੇ ਹਾਂ ਕਿ ਫਾਈਨੈਂਸ਼ੀਅਲ ਸਥਿਤੀ 'ਤੇ ਜਿਹੜਾ ਵਾਈਟ ਪੇਪਰ ਜਾਰੀ ਕੀਤਾ ਜਾਵੇ, ਇਹ ਸਾਡਾ ਹੈ।